ਦੋਸਤਾਂ ਦੀਆਂ ਫਰਮਾਇਸ਼ਾਂ, ਉਸ ਤੋਂ ਬਾਅਦ ਫਿਰ ਅਗੇ ਵਧਾਈ ਰਹਿਣ ਔਰ ਉਸ ਤੋਂ ਬਰਾਬਰ ਹੋ ਜਾਵੇ। ਫਿਰ ਮੇਰੇ ਭਾਈ ਅਲਿਆਸ ਮਲਿਕ ਸਾਹਿਬ ਆਲਮਗੀਰ ਜੰਗੇ ਵਾਲੇ ਲਿਖਿਆ ਆ, ਖਸੂਸੀ ਨਜ਼ਰ ਮਾਸਟਰ ਰਣਵੀਰ ਸਾਹਿਬ ਆਦੜਾ ਉਸਮਾਨ ਜ਼ਾਦਾ ਨੂੰ ਤਲਕ ਹੈ, ਉਹਨੇ ਖੁਸ਼ੀ ਨਜ਼ਰ ਕਰਨਾ। ਮੇਰੇ ਭਾਈ ਚੌਧਰੀ ਸ਼ੇਰ ਸਾਹਿਬ ਫਿਰ ਉਹਨਾਂ ਨੂੰ ਤਲਕ ਹੈ, ਔਰ ਰਾਜਾ ਸਫਦਰ ਸਾਹਿਬ ਨਾਰਾ ਬਟੋ ਸਾਹਿਬ ਤਲਕ ਹੈ, ਉਹਨਾਂ ਨੇ ਖੁਸ਼ੀ ਜਾਤ ਔਰ ਸ਼ੇਰ ਰਾਜਾ ਸਾਦਰ ਸਾਹਿਬ ਦੁਲਦਾਲਾ ਜੀ ਔਰ ਮਲਕ ਆਜ਼ਮ ਸਾਹਿਬ ਦੁਲਦਾਲਾ, ਮਲਕ ਇਸ਼ਤਿਆਕ ਸਾਹਿਬ ਦੁਲਦਾਲਾ ਔਰ ਰਾਜਾ ਗਨੀਰ ਸਾਹਿਬ ਪਰਤਾਲੀ, ਰਾਜਾ ਅਕੀਰ ਸਾਹਿਬ ਪਰਤਾਲੀ ਜੀ ਦਾ ਬਾਰੇ ਚਾਹ ਸਰਕਾਰ ਫਰਮਾਉਣੇ ਆ ਰਹੇ
ਸਾਹਿਬ ਬਲਾ ਉਸ ਵਾਸਤੇ ਸਭਰਾ ਤੋਂ ਜ਼ਿਆਦਾ ਜੈਸਾ ਦੌਰਾਨ ਮੈਂ ਫਲਾ ਬਲਾ ਸਾਹਿਬ ਨੂੰ ਗਲਤੀ ਗੁਸਤਾ ਕੀ ਹੋਈ ਤੇ ਮਾਰ ਦਿੱਤਾ ਦੁਖੀਏ ਮਰੂਮ ਸਰਕਾਰਾਂ ਲਿਖਿਆ ਸ਼ੇਰ ਹੈ ਹੁਸੈਨ ਨੇ ਤਾਰੀਖ ਕੋ ਮਜਬੂਰ ਕੀਆ ਵਰਨਾ ਤਾਰੀਖ ਕਿਸੇ ਮੁਸਾਫਰ ਕੀ ਤਰੀ ਨਹੀਂ ਲਿਖਤੀ ਵਾਕਿਆ ਕਰਵਾ ਬਲਾ ਵੈਸੇ ਤੇ ਬੜਾ ਵਸੀ ਵਰੀਦ ਹੈ ਸਾਡੀ ਜ਼ਬਾਨ ਸਕਤ ਦੀ ਕੇ ਸਾਹਮਣੇ ਜ਼ਬਾਨ ਨਾਲ ਬਿਆਨ ਕਰਾਂ ਜੇਕਰ ਬਦਲ ਆ ਨਹੀਂ ਦੁਖੀ ਮਰੂ ਨਾ ਇੱਕ ਬੜਾ ਖੂਬਸੂਰਤ ਖਿਆਲ ਕੁਫੀਆਂ ਨੇ ਜ਼ੁਲਮ ਸਿਤਮ ਔਰ ਹੁਸੈਨ ਸੀਅਤ ਸਬਰ ਤੇ ਸਰਕਾਰ ਫਰਮਾਉਣੇ ਵਾਲੇ ਸਿਲਸਿਲਾ ਖਤਮ ਹੋ ਗਿਆ
ਦੀਆਂ ਕੈਦ ਹੋ ਗਈਆਂ ਦੀਵਾਰੇ ਕਰਬਲਾ ਕੈਦ ਹੋ ਗਏ ਸਰਕਾਰ ਜਿਸ ਸਮੇਂ ਕਾਫਲਾ ਪਹੁੰਚਿਆ ਨਾ ਬਾਜ਼ਾਰੇ ਸ਼ਾਮ ਤੋਂ ਬਾਅਦ ਉਸ ਮੈਲਾਨ ਨੇ ਦਰਬਾਰ ਨੇ ਕੋਲ ਤਪਾ ਕੇ ਮਾਂ ਉਸ ਮੈਲਾਨ ਦਾ ਆਰਡਰ ਹੋਇਆ ਕਿ ਕਾਫਲੇ ਨੂੰ ਬਾਹਰ ਹੀ ਰੋਕ ਦਿਓ ਬੀਬੀਆਂ ਕੈਦ ਬਿਮਾਰੇ ਕਰਬਲਾ ਇੱਕ ਦੀਵਾਰ ਦਾ ਆਸਰਾ ਲੈ ਕੇ ਬਹਿ ਗਏ ਜਨਾਬੇ ਇਮਾਮੇ ਸਜਾਦ ਅਲੈਹਿਸ ਸਲਾਮ ਯਜ਼ੀਦ ਨੇ ਜਿਹੜੀ ਬੀਵੀ ਹੈ ਜਿਸ ਨਾਂ ਦਾ ਇੱਤਾ ਇੱਤਾ ਨੇ ਇੱਕ ਬੇਟੀ ਹੈ ਆਲਾ ਹੋਏ ਕਿ ਜਿੰਨਾ ਕੈਦੀਆਂ ਦਾ ਤਮਾਸ਼ਾ ਵੇਖਣਾ ਬਾਹਰ ਆ ਜਾਓ ਉਹ ਇੱਤਾ ਨੇ ਬੇਟੀ ਬਾਹਰ ਆ ਗਈ ਹੈ ਤੇ ਬਾਗ ਇਮਾਮ ਨੇ ਸਰ ਨਿਕੋਲ ਆਈ ਸਰ ਨੋਗੇ ਸਿਰਾਂ ਦੇ ਸਵਾਰ ਹੈ ਕੁਰਾਨ ਪਾਕ ਨੇ ਤਲਾਵਤ ਵੀ ਹੋਣੀ ਤੇ ਨਜ਼ਦੀਕ ਆ ਕੇ ਬੜੀ ਉਸ ਤਲਾਵਤ ਸੁਣੀ ਹੈ ਤੇ ਬਾਗ ਇਮਾਮ ਕੋਲ ਪੁੱਛਣੀ ਹੈ ਤੇਰਾ ਨਾਮ ਕੀ ਹੈ ਬਾਗ ਇਮਾਮ ਨੇ ਫਰਮਾਇਆ ਹੁਸੈਨ ਤੇਰੇ ਵਾਲਦ ਦਾ ਨਾਂ ਕੀ ਹੈ ਕਿਹਾ ਕਿ ਅਲੀ ਤੇਰੀ ਮਾਂ ਦਾ ਨਾਂ ਕੀ ਹੈ ਜਿਸ ਨੇ ਮਾਂ ਦਾ ਨਾਮ ਆਇਆ ਤੇ ਬਾਗ ਇਮਾਮ ਨੇ ਅੱਖਾਂ ਬੰਦ ਕਰ ਲਈਆਂ ਕਿਹਾ ਕਿ ਜਾਂ ਦੱਸਣ ਵਾਲੀ ਨਹੀਂ ਹੈ ਇਹ ਜਿਹੜਾ ਮਕਾਮ ਹੈ ਜਿਹੜੀ ਜਗ੍ਹਾ ਹੈ ਇਹ ਦੱਸਣ ਵਾਲੀ ਨਹੀਂ ਹੈ ਤਾਂ ਉਸ ਇੱਤਾ ਨੇ ਬੇਟੀ ਨੇ ਫਰਮਾਇਆ ਬੜੀ ਖੂਬਸੂਰਤ ਤਲਾਵਤ ਕਰਨਾ ਹੈ ਕਿਹਾ ਕਿ ਕੁਰਾਨ ਦਾ ਅਸਲੀ ਵਾਰਸ ਮੈਂ ਹਾਂ ਕੁਰਾਨ ਦਾ ਅਸਲੀ ਵਾਰਸ ਮੈਂ ਹਾਂ ਤਾਂ ਇਹਨਾਂ ਨੇ ਬੇਟੀ ਅੰਦਰ ਮਹਿਲ ਨੇ ਚਲੀ ਜਾਣੀ ਹੈ ਇਹਨਾਂ ਨੂੰ ਫਰਮਾਉਣੀ ਹੈ ਕਿ ਇੱਕ ਕਾਫਲਾ ਹੈ ਕੈਦੀ ਹੈ ਉਹਨਾਂ ਨਾਲ ਬੱਚੀਆਂ ਬੀਬੀਆਂ ਇੱਕ ਕੈਦੀ ਹੈ ਜਿਹੜਾ ਜ਼ਖਮੀ ਹੈ ਦੀਵਾਰ ਨਾਲ ਟੇਕ ਲਾ ਕੇ ਬੈਠਾ ਹੋਇਆ ਆਹ ਤੈਨੂੰ ਤਮਾਸ਼ਾ ਵਿਖਾਵਾ ਇੰਦਾ ਬਾਹਰ ਆ ਜਾਣੀ ਹੈ ਤੇ ਜਿਸ ਟਾਈਮ ਬਾਗ ਇਮਾਮ ਕੋਲੋਂ ਗੁਜ਼ਰ ਹੋਣਾ ਇਮਾਮੇ ਸਜਾਦ ਕੋਲੋਂ ਇੰਦਾ ਨਾ ਇੰਦਾ ਸਲਾਮ ਕਰਨੀ ਕਿ ਸਲਾਮ ਕੈਦੀ ਮੇਰਾ ਸਲਾਮ ਹੋਵੇ ਤਾਂ ਬਾਗ ਇਮਾਮ ਨੇ ਜਵਾਬ ਨਹੀਂ ਦਿੱਤਾ ਥੋੜ੍ਹੀ ਦੇਰ ਗੁਜ਼ਰੀ ਹੈ ਬਾਗ ਇਮਾਮ ਨੇ ਫਰਮਾਇਆ ਇੰਦਾ ਦੁਬਾਰਾ ਸਲਾਮ ਕਰ ਤਾਂ ਇੰਦਾ ਫਰਮਾਇਆ ਕਿ ਮੈਂ ਸ਼ਹਿਜ਼ਾਦੇ ਜਾਂ ਬਾਦਸ਼ਾਹ ਨੇ ਬੀਵੀ ਹਾਂ ਤੂੰ ਕਹਿਦੀ ਹੈ ਮੁਸਾਫਰ ਹੈ ਤੇਰੀ ਕੀ ਜ਼ਰੂਰਤ ਹੈ ਤੈਨੂੰ ਮੈਨੂੰ ਕਵੇ ਬਾਈ ਦੁਬਾਰਾ ਮੈਨੂੰ ਸਲਾਮ ਕਰ ਜਿਸ ਟਾਈਮ ਬਾਗ ਇਮਾਮ ਨੇ ਫਰਮਾਇਆ ਨਾ ਕਿ ਇੰਦਾ ਸਲਾਮ ਕਰ ਤਾਂ ਇੰਦਾ ਗੁੱਸੇ 'ਚ ਆ ਕੇ ਗਿਆ ਕਿ ਦੁਬਾਰਾ ਤੂੰ ਕਹਿਦੀ ਹੈ ਮੁਸਾਫਰ ਹੈ ਜ਼ਖਮੀ ਹੈ ਤੇ ਮੇਰੇ ਦਰਵਾਜ਼ੇ 'ਤੇ ਆ ਗਿਆ ਹੈ ਨਹੀਂ ਤੈਨੂੰ ਇਤਨੇ ਚਾਬਕ ਮਰਵਾ ਕਿ ਤੂੰ ਦੁਬਾਰਾ ਕਿਸੇ ਬਾਦਸ਼ਾਹ ਦੀ ਬਾਦਸ਼ਾਹ ਦੀ ਕੀ ਨਾ ਕਵੇ ਯਾਰ ਕਿ ਮੈਨੂੰ ਸਲਾਮ ਕਰ ਤਾਂ ਜਿਸ ਟਾਈਮ ਮਾਰਨ ਦਾ ਨਾਂ ਆਇਆ ਨਾ ਤੂੰ ਬਸੂ ਮੈਂ ਸਕੀਨਾ ਦੂਰ ਖਲਤੇ ਉਸੇ ਕੋਲ ਆ ਕੇ ਕਹਿੰਦੇ ਇੱਦਾਂ ਮਿਹਰਬਾਨੀ ਕਰ ਮੈਂ ਅੱਲਾ ਰਾਸਨ ਨੇ ਤਰੇ ਭਰਾ ਦੋ ਕਰਬਲਾ ਜ਼ਬਾ ਕਰਾਈਆਂ ਇੱਕ ਬਚ ਗਿਆ ਹੈ ਬੜਾ ਹੀ ਜ਼ਖਮੀ ਹੈ ਤਾਂ ਮਾਰਨ ਦਾ ਨਾਂ ਨਾ ਲਵੀ ਇੰਦਾ ਪਰੇਸ਼ਾਨ ਹੋ ਕੇ ਕਹਿਣਗੇ ਕੈਦੀ ਕੋਈ ਆਪਣੀ ਗੱਲ ਸਰਾ ਤੇ ਇਮਾਮੇ ਸਜਾਦ ਨੇ ਫਰਮਾਇਆ ਇੰਦਾ ਦਾ ਸਵਸਦੇ ਵੇਲੇ ਨੇ ਜਾਂ ਉਜੜੇ ਵੇਲੇ ਨੇ ਮਾਸਟਰ ਜੀ ਇੱਧਰ ਤਵੱਜੋ ਦੇਸੋ ਗੱਪਾਂ ਮਾਰਨੇ ਰਵੇ ਗੱਲ ਆ ਰਵੇ ਦਰਤਾ ਲੈ ਇੰਦਾ ਇਮਾਮੇ ਸਜਾਦ ਨੂੰ ਕਹਿਣੀ ਬਾਬਾ ਜੀ ਕਿ ਮੈਨੂੰ ਕੋਈ ਗੱਲ ਸਰਾ ਤੋ ਬਾਗ ਇਮਾਮ ਨੇ ਫਰਮਾਇਆ ਇੰਦਾ ਵਸਦੇ ਵੇਲੇ ਨੇ ਜਾਂ ਉਜੜੇ ਵੇਲੇ ਨੇ ਇੰਦਾ ਫਰਮਾਇਆ ਕਿ ਤੇਰਾ ਉਜੜਿਆ ਵੇਲਾ ਮੈਂ ਵੇਖ ਲਿਆ ਹੈ ਵਸਦੇ ਵੇਲੇ ਦੀ ਗੱਲ ਸਦਾ ਤੋ ਬਾਗ ਇਮਾਮ ਨੇ ਫਰਮਾਇਆ ਕਿ ਇੱਕ ਬਾਦਸ਼ਾਹ ਹੈ ਗੁੱਸਾ ਬੇਟਾ ਹੈ ਬੜਾ ਹੀ ਨਫੀਸ ਹੈ ਹੱਥ 'ਚ ਕਲਮ ਫੜਨਾ ਛਾਲੇ ਪੈ ਜਾਣੇ ਹੱਥ 'ਚ ਤੋ ਇੰਦਾ ਕਹਿਣ ਲੱਗੀ ਇਹ ਤਾਂ ਮੇਰੇ ਸਜਾਦ ਦੀ ਗੱਲ ਹੈ ਕੋਈ ਹੋਰ ਗੱਲ ਸਦਾ ਬਾਗ ਇਮਾਮ ਨੇ ਫਰਮਾਇਆ ਕਿ ਇੱਕ ਬਾਦਸ਼ਾਹ ਹੈ ਉਸ ਦਾ ਇੱਕ ਬੇਟਾ ਹੈ ਬੜਾ ਹੀ ਨਫੀਸ ਹੈ ਉਸਨੇ ਇੱਕ ਨੌਕਰਾਣੀ ਹੈ ਕੀ ਕਰਨੀ ਕਿ ਸੁਬਾਹ ਹੋਣੀ ਜੁੱਤੀਆਂ ਸਾਫ਼ ਕਰਕੇ
उस बादशाह ने बेटे नू पहनाणी तो बादशाह ने जिहड़ा बेटा है उस नौकरानी नू दवा देना कि अल्लाह ताला तैनू बादशाह आजादी बनावे तो महला विच वसे जे कदे तेरे बूहे ते कोई कैदी आ जाए कोई मुसाफर आ जाए उसनू मारी ना झिड़की ना ते इंदा तड़प के उठी है कहनी है कि ये ते मेरे सजाद नी गल है कि मैं सजाद हाँ बड़े ही तवील वाक्य है बड़े ही पुरदर्द है दुखा नाल भरिया होया पाक इमाम नाल बड़े जुल्म सितम होए अंता ने जुल्म सितम होए मैदान करबला ने अंदर लिखण वाला मुसन्नफ एक मकाम ते लिखना है कि बरोज़े जुमेरात अल्लाह ने पाक नबी 1,24,000 पैगंबरां नूं नाल लैके आणे जरिए हुसैन ने उत्ते जिस टाइम कहने के हुसैन साडा सलाम होवी तो पाक इमाम जरी तो बाहर के आके आने जारों कतार रोने तो नाना हजूर पूछने हुसैन रोना क्या होए कि अगे बाबा छोटी जी उम्र च एक दुख आ गया है कि मैं छोटा होना सा सफाई किरतास ते लिखना सा हाय करबला और मेरे नाल जड़ी अम्मा जाई है वो लिखनी सी के हाय शाम मुसाफरां नूं शाम खा गई है आवाज होनी है पाक इमाम नूं खत मिलिया है बीमारे सुगराना पाक इमाम ने पढ़े है चुमे है सीने नल है जारो कतार रोना शुरू कर दिता है तारीख दसनी है कि 72 तन कुर्बान हो गए पाक इमाम ने अख चुवान सुनी है लेकिन जिस टाइम सुगराना खत मिलिया आप सरकार ने पढ़े है तो आप सरकार ने हजारों का दाल होना शुरू कर दिया की पता खत ने अंदर के तारी रहे सुगरा ने के लिखे है आवाज आई है कि हाथ तेरी बड़ी मेहरबानी तेरा बड़ा शुक्रिया ऐन वक्त बीमार ना ना पाए पैगाम लेके आ गए सफर मदीने पाक तो कूफे ना तो उस शुतर सवार ने बड़ा मुश्किल लगता है कितना उसने करबला है मौला का तो जिस टाइम कासद आया ना तो आगे माँ को खा देता है तो आगे माँ ने फरमाया कि मैं हुसैन सुगरा ला बाबा मदीने ना रहना ला तो जिससे उस कासद ने पाक इमाम ने हालत देखी है तो परेशान हो गया कि अगे पाक इमाम ने याद कितना मकाम है मदीने ने अमीर सैयद लेकर करबला विच गरीब तो पाक इमाम ने फरमाया है खरीदना या सिरा नाल सौदे तोल तोल के
ਜਿਹੜਾ ਕਾਸਦ ਨੂੰ ਸੁਗਰਾ ਨੇ ਦਿੱਤਾ ਹੈ ਜੇ ਫਰੀਦ ਨਾ ਜੋੜਾ ਸੁਭਾਨ ਦੇ ਬਾਬ ਨੇ ਫਰਮਾਇਆ ਕਿ ਮੈਂ ਤੈਨੂੰ ਅਦੀਆ ਕਰਨਾ ਤੂੰ ਲੈ ਜਾ ਕਿ ਜਿਸ ਨੇ ਨਾ ਲੈ ਜਾਏ ਉਸ ਨੇ ਸ਼ਹਾਦਤ ਪਾ ਲੈ ਜਾ ਪਤਾ ਗੁਜਰਾਤ ਦੀ ਸਰਕਾਰ ਨੇ ਲਿਖਿਆ ਹੈ ਅਲੀ ਵਾਲੇ ਸਾਰੇ ਬੈਠੇ ਇੱਕ ਸਿਦਰ ਜਾਤ ਮੌਲਾ ਅਲੀ ਮੌਲਾ ਅਲੀ ਮੌਲਾ ਮੌਲਾ
Thank you.